जहाँ बरकते मिलती है, जहाँ बरकते मिलती है। आओ खुदावन के घर चले, जहाँ नेमते मिलती है, जहाँ नेमते मिलती है। आओ खुदावन के घर चले, आओ खुदावन के घर चले। मेरा कोई वजूद ना हुंदा जे मेरी जिंदगी च तू ना हुंदा, मेरा कोई वजूद ना हुंदा जे मेरी जिंदगी च तू ना हुंदा, मेरा कोई वजूद ना हुंदा जे मेरी जिंदगी च तू ना हुंदा, मेरा कोई वजूद ना हुंदा जे मेरी जिंदगी च तू ना हुंदा। मेरी जान नु बचाया तेरे प्यार ने, जान नु बचाया तेरे प्यार ने, मैनू जीना सिखाया तेरे प्यार ने, मैनू जीना सिखाया तेरे प्यार ने। यीशु मेरे आ, यीशु मेरे आ, यीशु मेरे आ, यीशु मेरे आ। ਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਉੱਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅਸੀਂ ਸਾਰੇ ਇਸ ਖਾਸ ਬੰਦਗੀ ਦੇ ਵਿੱਚ ਭਾਗ ਲੈਣ ਦੇ ਲਈ ਜਾ ਰਹੇ ਹਾਂ। ਆਈਏ ਇਸ ਪਾਕ ਮਾਸ ਦੀ ਕੁਰਬਾਨੀ ਦੇ ਵਿੱਚ ਭਾਗ ਲੈਣ ਦੇ ਲਈ ਆਪਣੇ ਆਪ ਦੀ ਤਿਆਰੀ ਕਰੀਏ। ਸਾਨੂੰ ਪਤਾ ਹੈ ਕਿ ਅਸੀਂ ਕਮਜ਼ੋਰ ਹਾਂ, ਅਸੀਂ ਪਾਪਾਂ ਦੇ ਵਿੱਚ ਡਿੱਗ ਜਾਂਦੇ ਹਾਂ,
ਪਰ ਸਾਡਾ ਪ੍ਰਭੂ ਯਿਸੂ ਮਸੀਹ ਹਮੇਸ਼ਾ ਸਾਨੂੰ ਮਾਫ ਕਰਨ ਦੇ ਲਈ ਤਿਆਰ ਰਹਿੰਦਾ ਹੈ। ਅਸੀਂ ਬਾਈਬਲ ਦੇ ਵਿੱਚ ਦੇਖਦੇ ਹਾਂ ਕਿ ਜਦੋਂ ਵੀ ਕੋਈ ਪਾਪੀ ਮਨੁੱਖ ਪਛਤਾਵਾ ਕਰਕੇ ਅਤੇ ਅੱਗੇ ਤੋਂ ਨਾ ਗੁਨਾਹ ਕਰਨ ਦੇ ਇਰਾਦੇ ਦੇ ਨਾਲ ਪ੍ਰਭੂ ਦੇ ਕੋਲ ਮਾਫ਼ੀ ਮੰਗਣ ਦੇ ਲਈ ਆਇਆ ਤਾਂ ਸਾਡੇ ਪ੍ਰਭੂ ਯਿਸੂ ਮਸੀਹ ਨੇ ਉਹਨੂੰ ਮਾਫ਼ੀ ਦਿੱਤੀ। ਸਾਡਾ ਪ੍ਰਭੂ ਯਿਸੂ ਮਸੀਹ ਪਾਪ ਨੂੰ ਨਫ਼ਰਤ ਕਰਦਾ ਹੈ ਪਰ ਪਾਪੀ ਨੂੰ ਉਹ ਪਿਆਰ ਕਰਦਾ ਹੈ। ਜਿੰਨਾ ਵੱਡਾ ਪਾਪ ਉਨੀ ਵੱਡੀ ਉਹਦੀ ਦਇਆ। ਸਾਡੇ ਗੁਨਾਹ ਭਾਵੇਂ ਜਿੰਨੇ ਮਰਜ਼ੀ ਵੀ ਵੱਡੇ ਹੋਣ ਪਰ ਪ੍ਰਭੂ ਦੀ ਦਇਆ ਅਤੇ ਉਹਦੀ ਮਾਫ਼ੀ ਦੇ ਸਾਹਮਣੇ ਸਾਡੇ ਗੁਨਾਹ ਕੁਝ ਵੀ ਨਹੀਂ ਨੇ, ਉਹਦੀ ਮਾਫ਼ੀ ਬਹੁਤ ਵੱਡੀ ਹੈ। ਅਤੇ ਹਮੇਸ਼ਾ ਪ੍ਰਭੂ ਯਿਸੂ ਮਸੀਹ ਪਾਪੀਆਂ ਦੇ ਪੱਖ ਦੇ ਵਿੱਚ ਰਹਿੰਦਾ ਹੈ। ਇਸ ਲਈ ਉਹਨੇ ਕਿਹਾ ਮੈਂ ਧਰਮੀਆਂ ਲਈ ਨਹੀਂ ਮੈਂ ਪਾਪੀਆਂ ਦੇ ਲਈ ਆਇਆ ਹਾਂ। ਜਦੋਂ ਯਹੂਦੀਆਂ ਨੇ ਫਰੀਸੀਆਂ ਨੇ ਕਿਹਾ ਕਿ ਇਹ ਤਾਂ ਪਾਪੀਆਂ ਦੇ ਨਾਲ ਉੱਠਦਾ ਬਹਿੰਦਾ ਹੈ, ਇਹ ਤਾਂ ਪਾਪੀਆਂ ਦੇ ਨਾਲ ਖਾਂਦਾ ਪੀਂਦਾ ਹੈ, ਅਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੈਂ ਪਾਪੀਆਂ ਦੇ ਲਈ ਆਇਆ ਹਾਂ, ਮੈਂ ਧਰਮੀਆਂ ਲਈ ਨਹੀਂ ਆਇਆ। ਉਹਨੇ ਕਿਹਾ ਹੈ ਕਿ ਜਿਹੜੇ ਬਿਮਾਰ ਨੇ ਉਹਨਾਂ ਨੂੰ ਵੈਦ ਦੀ ਲੋੜ ਹੈ, ਨਾ ਕਿ ਜਿਹੜੇ ਤੰਦਰੁਸਤ ਨੇ। ਅਸੀਂ ਸਾਰੇ ਬਿਮਾਰ ਹਾਂ, ਸਾਨੂੰ ਪਾਪ ਦੀ ਬਿਮਾਰੀ ਲੱਗੀ ਹੋਈ ਹੈ, ਅਤੇ ਉਹੀ ਸਾਡੇ ਇਸ ਪਾਪ ਦੀ ਬਿਮਾਰੀ ਤੋਂ ਸਾਨੂੰ ਸ਼ਿਫਾ ਦੇ ਸਕਦਾ ਹੈ। ਅਸੀਂ ਭਾਵੇਂ ਉਹਦੇ ਤੋਂ ਮਾਫ਼ੀ ਮੰਗਦੇ ਥੱਕ ਜਾਈਏ ਪਰ ਸਾਡਾ ਪ੍ਰਭੂ ਯਿਸੂ ਮਸੀਹ ਸਾਨੂੰ ਮਾਫ਼ ਕਰਨ ਤੋਂ ਕਦੇ ਵੀ ਥੱਕਦਾ ਨਹੀਂ ਹੈ। ਉਹ ਹਮੇਸ਼ਾ ਸਾਨੂੰ ਮਾਫ਼ ਕਰਨ ਦੇ ਲਈ ਤਿਆਰ ਰਹਿੰਦਾ ਹੈ। ਅਤੇ ਬੜਾ ਖੁਸ਼ ਹੁੰਦਾ ਹੈ ਜਦੋਂ ਇੱਕ ਪਾਪੀ ਮਨੁੱਖ ਉਹਦੇ ਕੋਲ ਆ ਕੇ ਮਾਫ਼ੀ ਮੰਗਦਾ ਹੈ। ਇਸ ਲਈ ਹੀ ਪ੍ਰਭੂ ਯਿਸੂ ਮਸੀਹ ਨੇ ਕਿਹਾ, ਖੁਦਾ ਦੇ ਵਚਨ ਦੇ ਵਿੱਚ ਅਸੀਂ ਪੜ੍ਹਦੇ ਹਾਂ, ਖੁਦਾ ਦਾ ਵਚਨ ਕਹਿੰਦਾ ਹੈ ਜਦੋਂ ਇੱਕ ਪਾਪੀ ਮਨੁੱਖ ਆਪਣੇ ਗੁਨਾਹ ਛੱਡ ਕੇ ਖੁਦਾ ਦੇ ਵੱਲ ਮੁੜਦਾ ਹੈ ਅਤੇ ਸਵਰਗ ਦੇ ਵਿੱਚ ਹਜ਼ਾਰਾਂ ਦੂਤ ਜਸ਼ਨ ਮਨਾਉਂਦੇ ਹਨ। ਇੰਨੀ ਵੈਲਿਊ ਹੈ ਖੁਦਾ ਦੀਆਂ ਨਜ਼ਰਾਂ ਦੇ ਵਿੱਚ ਇੱਕ ਪਾਪੀ ਦੇ ਲਈ। ਇਸ ਲਈ ਹੀ ਉਹ 99 ਭੇਡਾਂ ਨੂੰ ਛੱਡ ਕੇ ਇੱਕ ਦੇ ਪਿੱਛੇ ਚਲਾ ਜਾਂਦਾ ਹੈ ਜੋ ਗਵਾਚ ਜਾਂਦੀ ਹੈ, ਜੋ ਭਟਕ ਜਾਂਦੀ ਹੈ, ਜਾਂ ਜੋ ਪਾਪ ਦੇ ਵਿੱਚ ਡਿੱਗ ਜਾਂਦੀ ਹੈ। ਅਤੇ ਅਸੀਂ ਦੇਖਦੇ ਹਾਂ ਬਾਈਬਲ ਦੇ ਵਿੱਚ ਕਿ ਸਾਡਾ ਪ੍ਰਭੂ ਯਿਸੂ ਮਸੀਹ ਹਮੇਸ਼ਾ ਸਾਨੂੰ ਮਾਫ਼ ਕਰਨ ਦੇ ਲਈ ਤਿਆਰ ਰਹਿੰਦਾ ਹੈ। ਜਦੋਂ ਵਿਭਚਾਰ ਵਿੱਚ ਫੜੀ ਹੋਈ ਔਰਤ ਪ੍ਰਭੂ ਯਿਸੂ ਮਸੀਹ ਦੇ ਕੋਲ ਆਈ, ਲੋਕ ਉਹਨੂੰ ਪੱਥਰ ਮਾਰ ਰਹੇ ਸਨ ਅਤੇ ਯਿਸੂ ਨੇ ਕਿਹਾ ਪਹਿਲਾ ਪੱਥਰ ਇਹਨੂੰ ਉਹ ਮਾਰੇ ਜਿਹਨੇ ਕਦੀ ਗੁਨਾਹ ਨਹੀਂ ਕੀਤਾ, ਅਤੇ ਸਾਰੇ ਲੋਕ ਆਪਣੇ ਪੱਥਰ ਸੁੱਟ ਕੇ ਚਲੇ ਗਏ, ਕਿਸੇ ਨੇ ਪੱਥਰ ਨਹੀਂ ਮਾਰਿਆ। ਪ੍ਰਭੂ ਯਿਸੂ ਮਸੀਹ ਪਾਪ ਰਹਿਤ ਸੀ, ਉਹ ਪੱਥਰ ਮਾਰ ਸਕਦਾ ਸੀ ਪਰ ਉਹਨੇ ਪੱਥਰ ਨਹੀਂ ਮਾਰੇ। ਸਾਡਾ ਪ੍ਰਭੂ ਪੱਥਰ ਮਾਰਨ ਵਾਲਾ ਨਹੀਂ, ਗਲੇ ਲਗਾਉਣ ਵਾਲਾ, ਮੌਕੇ ਦੇਣ ਵਾਲਾ ਅਤੇ ਜ਼ਿੰਦਗੀਆਂ ਬਦਲਣ ਵਾਲਾ ਪਰਮੇਸ਼ਵਰ ਹੈ। ਆਈਏ ਅਸੀਂ ਇਸ ਪਾਕ ਮਾਸ ਦੀ ਕੁਰਬਾਨੀ ਦੇ ਵਿੱਚ ਯੋਗ ਢੰਗ ਨਾਲ ਭਾਗ ਲੈਣ ਦੇ ਲਈ, ਆਪਣੇ ਦਿਲਾਂ ਦੇ ਵਿੱਚ ਉਹਨੂੰ ਯੋਗ ਢੰਗ ਨਾਲ ਗ੍ਰਹਿਣ ਕਰਨ ਦੇ ਲਈ ਆਈਏ ਅਸੀਂ ਆਪਣੇ ਗੁਨਾਹਾਂ ਦੇ ਲਈ ਖੁਦਾ ਦੇ ਕੋਲੋਂ ਮਾਫ਼ੀ ਮੰਗੀਏ ਤਾਂ ਕਿ ਅਸੀਂ ਯੋਗ ਢੰਗ ਨਾਲ ਉਹਨੂੰ ਆਪਣੇ ਦਿਲਾਂ ਦੇ ਵਿੱਚ ਸਵੀਕਾਰ ਕਰ ਸਕੀਏ। ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਇਹ ਭਰਾਓ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ, ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਤਨ ਸਦਾ ਕੁਆਰੀ ਮਰੀਅਮ
ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਇਹ ਭਰਾਓ ਅਤੇ ਭੈਣੋ, ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਸਾਰਿਆਂ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ਼ ਕਰਕੇ ਸਾਨੂੰ ਸਦੀਵੀ ਜੀਵਨ ਵੱਲ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਐ ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਪਾਸਕਾ ਦੇ ਇਹਨਾਂ ਦਿਨਾਂ ਦੇ ਦੌਰਾਨ ਤੂੰ ਆਪਣੇ ਪਿਆਰ ਦੀ ਮਹਾਨਤਾ ਨੂੰ ਸਾਡੇ ਉੱਤੇ ਜ਼ਾਹਿਰ ਕਰਦਾ ਹੈ। ਬਖਸ਼ ਦੇ ਕਿ ਤੇਰੇ ਮਿਹਰ ਭਰੇ ਪਿਆਰ ਨੂੰ ਅਸੀਂ ਪੂਰੀ ਤਰ੍ਹਾਂ ਮਹਿਸੂਸ ਕਰ ਸਕੀਏ, ਤਾਂ ਜੋ ਹਰ ਗਲਤੀ ਤੋਂ ਮੁਕਤ ਹੋ ਕੇ ਅਸੀਂ ਹੋਰ ਮਜ਼ਬੂਤੀ ਨਾਲ ਤੇਰੀ ਸੱਚਾਈ ਦੀ ਸਿੱਖਿਆ ਉੱਤੇ ਅਮਲ ਕਰ ਸਕੀਏ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ, ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪਾਠ ਪਹਿਲਾਂ, ਰਸੂਲਾਂ ਦੇ ਕਰਤੱਵ, ਉਸਦਾ 8 ਅਧਿਆਇ, 26 ਐਤ ਤੋਂ 40 ਐਤ ਤੱਕ। ਪ੍ਰਭੂ ਦੇ ਇੱਕ ਫਰਿਸ਼ਤੇ ਨੇ ਫਿਲਿਪ ਨੂੰ ਕਿਹਾ, ਉੱਠ ਅਤੇ ਯਰੂਸ਼ਲਮ ਤੋਂ ਗਾਜ਼ਾ ਜਾਣ ਵਾਲੀ ਸੜਕ ਉੱਤੇ ਦੱਖਣ ਵੱਲ ਜਾ, ਇਹ ਸੜਕ ਵੀਰਾਨ ਹੈ। ਉਹ ਉੱਠ ਕੇ ਚੱਲ ਪਿਆ। ਉਸ ਸਮੇਂ ਇਥੋਪੀਆ ਦਾ ਇੱਕ ਖਵਾਜਾ ਸਰਾ ਆਰਾਧਨਾ ਕਰਨ ਦੇ ਬਾਅਦ ਵਾਪਸ ਜਾ ਰਿਹਾ ਸੀ। ਉਹ ਯਰੂਸ਼ਲਮ ਵਿੱਚ ਆਰਾਧਨਾ ਕਰਨ ਦੇ ਲਈ ਆਇਆ ਸੀ। ਉਹ ਇਥੋਪੀਆ ਦੀ ਮਹਾਰਾਣੀ ਕੰਦਾਕ ਦਾ ਉੱਚ ਅਧਿਕਾਰੀ ਸੀ ਅਤੇ ਉਸਦੇ ਸਭ ਖਜ਼ਾਨੇ ਦਾ ਜ਼ਿੰਮੇਵਾਰ ਵੀ। ਉਹ ਆਪਣੇ ਰੱਥ ਵਿੱਚ ਬੈਠਾ ਹੋਇਆ ਯਸ਼ਾਇਆ ਨਬੀ ਦੀਆਂ ਲਿਖਤਾਂ ਪੜ੍ਹ ਰਿਹਾ ਸੀ। ਤਦ ਰੂਹ ਨੇ ਫਿਲਿਪ ਨੂੰ ਕਿਹਾ, ਅੱਗੇ ਵੱਧ ਅਤੇ ਰੱਥ ਦੇ ਨਾਲ ਨਾਲ ਚੱਲ। ਇਸ ਲਈ ਫਿਲਿਪ ਦੌੜ ਕੇ ਉਸ ਕੋਲ ਪਹੁੰਚਿਆ ਅਤੇ ਉਸਨੂੰ ਨਬੀ ਯਸ਼ਾਇਆ ਦੀਆਂ ਲਿਖਤਾਂ ਪੜ੍ਹਦੇ ਸੁਣ ਕੇ ਉਸ ਤੋਂ ਪੁੱਛਿਆ, ਕੀ ਤੁਸੀਂ ਉਹ ਸਮਝਦੇ ਹੋ ਜੋ ਪੜ੍ਹ ਰਹੇ ਹੋ? ਉਸਨੇ ਕਿਹਾ, ਜਦੋਂ ਤੱਕ ਕੋਈ ਮੈਨੂੰ ਨਾ ਸਮਝਾਵੇ ਮੈਂ ਕਿਵੇਂ ਸਮਝਾਂਗਾ? ਉਸਨੇ ਫਿਲਿਪ ਅੱਗੇ ਬੇਨਤੀ ਕੀਤੀ ਕਿ ਉਹ ਉੱਪਰ ਚੜ੍ਹ ਕੇ ਉਸਦੇ ਨਾਲ ਬੈਠੇ। ਉਹ ਲਿਖਤਾਂ ਦਾ ਇਹ ਹਿੱਸਾ ਪੜ੍ਹ ਰਿਹਾ ਸੀ। ਵੱਢਣ ਲਈ ਖੜ੍ਹੀ ਜਾਂਦੀ ਪੇੜ ਵਾਂਗ ਅਤੇ ਉਨ ਕਤਰਨ ਵਾਲੇ ਦੇ ਸਾਹਮਣੇ ਚੁੱਪ ਲੇਲੇ ਦੀ ਤਰ੍ਹਾਂ ਉਸਨੇ ਆਪਣਾ ਮੂੰਹ ਨਾ ਖੋਲ੍ਹਿਆ। ਉਸਨੂੰ ਬੇਇੱਜ਼ਤ ਹੋਣਾ ਪਿਆ, ਉਸਨੂੰ ਇਨਸਾਫ ਨਹੀਂ ਦਿੱਤਾ ਗਿਆ, ਉਸਦੇ ਵੰਸ਼ ਦੀ ਚਰਚਾ ਕੌਣ ਕਰ ਸਕੇਗਾ? ਕਿਉਂ ਜੋ ਉਸਦਾ ਜੀਵਨ ਧਰਤੀ ਉੱਤੋਂ ਚੁੱਕ ਲਿਆ ਗਿਆ। ਖਵਾਜ਼ੇ ਸਰਾ ਨੇ ਫਿਲਿਪ ਨੂੰ ਕਿਹਾ, ਕਿਰਪਾ ਕਰਕੇ ਮੈਨੂੰ ਦੱਸੋ ਕਿ ਨਬੀ ਕਿਸਦੇ ਬਾਰੇ ਇਹ ਕਹਿ ਰਿਹਾ ਹੈ, ਆਪਣੇ ਬਾਰੇ ਜਾਂ ਕਿਸੇ ਹੋਰ ਦੇ ਬਾਰੇ? ਤਦ ਫਿਲਿਪ ਨੇ ਆਪਣਾ ਮੂੰਹ ਖੋਲ੍ਹਿਆ
ਅਤੇ ਪਵਿੱਤਰ ਲਿਖਤਾਂ ਦੇ ਇਸ ਹਿੱਸੇ ਤੋਂ ਸ਼ੁਰੂ ਕਰਕੇ ਯੀਸ਼ੂ ਦਾ ਸੁਸਮਾਚਾਰ ਉਸਨੂੰ ਸੁਣਾਇਆ। ਯਾਤਰਾ ਕਰਦੇ ਕਰਦੇ ਰਾਹ ਵਿੱਚ ਜਿਵੇਂ ਉਹਨਾਂ ਨੂੰ ਕੁਝ ਪਾਣੀ ਮਿਲਿਆ ਤਾਂ ਖਵਾਜੇ ਨੇ ਕਿਹਾ, ਦੇਖ ਇੱਥੇ ਪਾਣੀ ਹੈ, ਮੇਰੇ ਬਪਤੁਸਮਾ ਲੈਣ ਵਿੱਚ ਕੀ ਰੁਕਾਵਟ ਹੈ? ਫਿਲਿਪ ਨੇ ਆਖਿਆ, ਜੇ ਤੂੰ ਆਪਣੇ ਸਾਰੇ ਦਿਲ ਨਾਲ ਇਮਾਨ ਰੱਖਦਾ ਹੈ ਤਾਂ ਤੂੰ ਲੈ ਸਕਦਾ ਹੈ। ਉਸਨੇ ਉੱਤਰ ਦਿੱਤਾ, ਮੈਂ ਇਮਾਨ ਰੱਖਦਾ ਹਾਂ ਕਿ ਯੀਸ਼ੂ ਖੁਦਾ ਦਾ ਬੇਟਾ ਹੈ। ਉਸਨੇ ਰੱਥ ਰੋਕਣ ਦਾ ਹੁਕਮ ਦਿੱਤਾ। ਫਿਰ ਉਹ ਦੋਵੇਂ ਫਿਲਿਪ ਅਤੇ ਖਵਾਜ਼ਾ ਸਰਾ ਪਾਣੀ ਵਿੱਚ ਉਤਰੇ ਅਤੇ ਫਿਲਿਪ ਨੇ ਉਸਨੂੰ ਬਪਤਿਸਮਾ ਦਿੱਤਾ। ਜਦੋਂ ਉਹ ਪਾਣੀ ਵਿੱਚੋਂ ਬਾਹਰ ਆਏ ਤਾਂ ਪ੍ਰਭੂ ਦਾ ਰੂਹ ਫਿਲਿਪ ਨੂੰ ਚੁੱਕ ਕੇ ਲੈ ਗਿਆ। ਖਵਾਜ਼ੇ ਸਰਾ ਨੇ ਉਸਨੂੰ ਫਿਰ ਨਾ ਦੇਖਿਆ ਅਤੇ ਉਹ ਖੁਸ਼ੀ ਖੁਸ਼ੀ ਆਪਣੇ ਰਾਹ ਚਲਾ ਗਿਆ। ਫਿਲਿਪ ਆਜ਼ੋਤੋਸ ਵਿੱਚ ਆ ਨਿਕਲਿਆ ਅਤੇ ਕੈਸਰੀਆ ਪਹੁੰਚਣ ਤੱਕ ਉਹ ਉਸ ਇਲਾਕੇ ਵਿੱਚ ਦੀ ਲੰਘਦਾ ਹੋਇਆ ਸਾਰੇ ਸ਼ਹਿਰ ਵਿੱਚ ਸੁਸਮਾਚਾਰ ਦਾ ਪ੍ਰਚਾਰ ਕਰਦਾ ਰਿਹਾ। ਇਹ ਪ੍ਰਭੂ ਦੀ ਪਾਕ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਮੈਂ ਸਬਰ ਦੇ ਨਾਲ ਆਸ ਰੱਖ ਕੇ
ਉਸਨੇ ਮੇਰੇ ਤੇ ਤਰਸ ਖਾ ਕੇ ਸੁਣੀ ਮੇਰੀ ਸਾਰੀਆ ਯਾਰੀ। ਸੋਮਾ ਜ਼ਿੰਦਗੀ ਦਾ ਨਾਸਰੀ ਕਲਾਮ ਤੇਰਾ, ਕਲਾਮ ਤੇਰਾ, ਕਲਾਮ ਤੇਰਾ। ਸੋਮਾ ਜ਼ਿੰਦਗੀ ਦਾ ਨਾਸਰੀ ਕਲਾਮ ਤੇਰਾ, ਕਲਾਮ ਤੇਰਾ, ਕਲਾਮ ਤੇਰਾ। ਰੋਟੀ ਜ਼ਿੰਦਗੀ ਦੀ ਨਾਸਰੀ ਕਲਾਮ ਤੇਰਾ, ਕਲਾਮ ਤੇਰਾ, ਕਲਾਮ ਤੇਰਾ। ਰੋਟੀ ਜ਼ਿੰਦਗੀ ਦੀ ਨਾਸਰੀ ਕਲਾਮ ਤੇਰਾ, ਕਲਾਮ ਤੇਰਾ, ਕਲਾਮ ਤੇਰਾ। ਮੈਂ ਤੇ ਉੱਤੇ ਚੱਲਦਾ ਰਵਾਂਗਾ ਸਦਾ, ਮੈਂ ਇਸੇ ਨੂੰ ਮੰਨਦਾ ਰਵਾਂਗਾ ਸਦਾ। ਮੈਂ ਤੇ ਉੱਤੇ ਚੱਲਦਾ ਰਵਾਂਗਾ ਸਦਾ, ਮੈਂ ਇਸੇ ਨੂੰ ਮੰਨਦਾ ਰਵਾਂਗਾ ਸਦਾ। ਸੁਣਾਈ ਜਾ ਕਲਾਮ, ਸੁਣਾਈ ਜਾ, ਸੁਣਾਈ ਜਾ, ਰੱਬੀ ਮੈਨੂੰ ਰੂਹ ਦਾ ਕਲਾਮ, ਸੁਣਾਈ ਜਾ, ਸੁਣਾਈ ਜਾ, ਸੁਣਾਈ ਜਾ, ਰੱਬੀ ਮੈਨੂੰ ਰੂਹ ਦਾ ਕਲਾਮ, ਸੁਣਾਈ ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਯਹੋਨਾ ਦੇ ਅਨੁਸਾਰ, ਤੇਰੀ ਵਡਿਆਈ ਹੋਵੇ ਐ ਪ੍ਰਭੂ। ਕੋਈ ਵੀ ਮੇਰੇ ਕੋਲ ਨਹੀਂ ਆ ਸਕਦਾ ਜਦੋਂ ਤੱਕ ਬਾਪ ਜਿਸਨੇ ਮੈਨੂੰ ਘੱਲਿਆ ਹੈ ਉਸ ਨੂੰ ਖਿੱਚ ਕੇ ਨਾ ਲਿਆਵੇ, ਅਤੇ ਮੈਂ ਉਸ ਨੂੰ ਆਖਰੀ ਦਿਨ ਜਿਉਂਦਾ ਕਰਾਂਗਾ। ਨਬੀਆਂ ਦੀਆਂ ਲਿਖਤਾਂ ਵਿੱਚ ਇਹ ਲਿਖਿਆ ਹੈ, ਉਹ ਸਾਰੇ ਖੁਦਾ ਤੋਂ ਸਿੱਖਿਆ ਪਾਉਣਗੇ। ਹਰ ਕੋਈ ਜਿਸਨੇ ਬਾਪ ਤੋਂ ਸੁਣਿਆ ਹੈ ਅਤੇ ਸਿੱਖਿਆ ਹੈ ਉਹ ਮੇਰੇ ਕੋਲ ਆਉਂਦਾ ਹੈ। ਇਹ ਨਹੀਂ ਕਿ ਕਿਸੇ ਨੇ ਬਾਪ ਨੂੰ ਵੇਖਿਆ ਹੋਵੇ ਸਿਵਾਏ ਉਸਦੇ ਜੋ ਖੁਦਾ ਕੋਲੋਂ ਆਇਆ ਹੈ, ਉਸਨੇ ਬਾਪ ਨੂੰ ਵੇਖਿਆ ਹੈ। ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ, ਜੋ ਇਮਾਨ ਰੱਖਦਾ ਹੈ ਅਨੰਤ ਜੀਵਨ ਉਸੇ ਦਾ ਹੈ। ਜੀਵਨ ਦੀ ਰੋਟੀ ਮੈਂ ਹਾਂ, ਤੁਹਾਡੇ ਪੁਰਖਿਆਂ ਨੇ ਉਜਾੜ ਵਿੱਚ ਮੰਨਾ ਖਾਧਾ ਅਤੇ ਉਹ ਮਰ ਗਏ। ਇਹ ਉਹ ਰੋਟੀ ਹੈ ਜੋ ਸਵਰਗ ਤੋਂ ਉਤਰੀ ਹੈ ਕਿ ਮਨੁੱਖ ਇਸ ਵਿੱਚੋਂ ਖਾਵੇ ਅਤੇ ਨਾ ਮਰੇ। ਜਿਉਂਦੀ ਰੋਟੀ ਮੈਂ ਹਾਂ ਜੋ ਸਵਰਗ ਤੋਂ ਉਤਰੀ ਹੈ, ਜੇਕਰ ਕੋਈ ਇਸ ਰੋਟੀ ਵਿੱਚੋਂ ਖਾਂਦਾ ਹੈ ਉਹ ਹਮੇਸ਼ਾ ਲਈ ਜਿਉਂਦਾ ਰਹੇਗਾ, ਅਤੇ ਸੰਸਾਰ ਦੇ ਜੀਵਨ ਲਈ ਜੋ ਰੋਟੀ ਮੈਂ ਦੇਵਾਂਗਾ ਉਹ ਮੇਰਾ ਮਾਸ ਹੈ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਦੇ ਵਚਨ ਦੇ ਵਿੱਚ ਪ੍ਰਭੂ ਯਿਸੂ ਮਸੀਹ ਸਾਨੂੰ ਜੀਵਨ ਦੀ ਰੋਟੀ ਦੇ ਬਾਰੇ ਦੱਸਦਾ ਹੈ। ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਕਿ ਮੈਂ ਜੀਵਨ ਦੀ ਰੋਟੀ ਹਾਂ, ਜੋ ਮੈਨੂੰ ਖਾਵੇਗਾ ਉਹ ਕਦੀ ਵੀ ਮਰੇਗਾ ਨਹੀਂ। ਪ੍ਰਭੂ ਯਿਸੂ ਮਸੀਹ ਦਾ ਬਦਨ
ਅਮਰਤਾ ਦੀ ਦਵਾਈ ਹੈ, ਜਿਹਨੂੰ ਖਾ ਕੇ ਕੋਈ ਵੀ ਨਹੀਂ ਮਰੇਗਾ ਸਗੋਂ ਸਦਾ ਦਾ ਜੀਵਨ ਪਾਵੇਗਾ। ਅਤੇ ਇਹ ਪ੍ਰਭੂ ਯਿਸੂ ਮਸੀਹ ਦਾ ਬਦਨ ਅਸੀਂ ਪਾਕ ਮਾਸ ਦੀ ਕੁਰਬਾਨੀ ਦੇ ਵਿੱਚ ਗ੍ਰਹਿਣ ਕਰਦੇ ਹਾਂ। ਅਤੇ ਇਸ ਪਾਕ ਮਾਸ ਦੀ ਕੁਰਬਾਨੀ ਵਿੱਚ ਹੀ ਇਹ ਇੱਕ ਆਮ ਰੋਟੀ ਜਿਹੜੀ ਹੈ ਉਹ ਪ੍ਰਭੂ ਯਿਸੂ ਮਸੀਹ ਦਾ ਬਦਨ ਬਣ ਜਾਂਦਾ ਹੈ। ਜਦੋਂ ਪੁਰੋਹਿਤ ਪ੍ਰਭੂ ਯਿਸੂ ਮਸੀਹ ਦੇ ਉਹਨਾਂ ਸ਼ਬਦਾਂ ਨੂੰ ਦੁਹਰਾਉਂਦਾ ਹੈ ਕਿ ਇਹ ਮੇਰਾ ਬਦਨ ਹੈ। ਅਤੇ ਆਈਏ ਇਸ ਪਾਕ ਮਾਸ ਦੀ ਕੁਰਬਾਨੀ ਦੇ ਵਿੱਚ ਅਸੀਂ ਇਸ ਪ੍ਰਭੂ ਯਿਸੂ ਮਸੀਹ ਦੇ ਬਦਨ ਨੂੰ ਸਮਝਣ ਦੇ ਲਈ, ਉਹਦੇ ਪ੍ਰਤੀ ਭਗਤੀ ਪਾਉਣ ਦੇ ਲਈ ਅਤੇ ਉਹਦੇ ਵਿੱਚ ਗੂੜਾ ਵਿਸ਼ਵਾਸ ਪਾਉਣ ਦੇ ਲਈ ਅਸੀਂ ਖੁਦਾ ਦੇ ਕੋਲੋਂ ਆਸ਼ੀਸ਼ ਮੰਗੀਏ। ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਅਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਖੁਦਾ, ਇਸ ਕੁਰਬਾਨੀ ਦੇ ਅਸਚਰਜ ਭੇਦਾਂ ਦੇ ਰਾਹੀਂ ਤੂੰ ਸਾਨੂੰ ਆਪਣੇ ਖੁਦਾਈ ਸੁਭਾਅ ਵਿੱਚ ਹਿੱਸੇਦਾਰ ਬਣਾ ਦਿੱਤਾ ਹੈ। ਬਖਸ਼ ਦੇ ਕਿ ਅਸੀਂ ਜੋ ਤੇਰੀ ਸੱਚਾਈ ਨੂੰ ਜਾਣ ਚੁੱਕੇ ਹਾਂ, ਲਾਇਕ ਜੀਵਨ ਗੁਜ਼ਾਰਨ ਦੇ ਰਾਹੀਂ ਉਸ ਸੱਚਾਈ ਨੂੰ ਆਪਣਾ ਬਣਾ ਸਕੀਏ।
ਸਾਡੇ ਪ੍ਰਭੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਪਾਸਕਾ ਦੇ ਇਸ ਸਮੇਂ ਅਸੀਂ ਹਮੇਸ਼ਾ ਨਾਲੋਂ ਵਧੇਰੇ ਖੁਸ਼ੀ ਨਾਲ ਤੇਰੀ ਵਡਿਆਈ ਕਰਦੇ ਹਾਂ। ਜਦੋਂ ਮਸੀਹ ਸਾਡੇ ਲਈ ਪਾਸਕਾ ਕੁਰਬਾਨ ਹੋਇਆ, ਨਵੇਂ ਅਤੇ ਸਦੀਵੀ ਜੀਵਨ ਵੱਲ ਜੀ ਉੱਠਦੇ ਹੋਏ ਉਸਨੇ ਸਾਨੂੰ ਚਾਨਣ ਦੇ ਧੀਆਂ ਪੁੱਤਰ ਬਣਾ ਦਿੱਤਾ ਹੈ। ਆਪਣੇ ਵਫ਼ਾਦਾਰ ਇਮਾਨਦਾਰਾਂ ਨੂੰ ਕਬੂਲ ਕਰਨ ਲਈ ਉਸਨੇ ਸਵਰਗ ਦੇ ਬੂਹੇ ਖੋਲ੍ਹ ਦਿੱਤੇ ਹਨ। ਉਸ ਦੀ ਮੌਤ ਸਾਡੇ ਲਈ ਮੌਤ ਤੋਂ ਰਿਹਾਈ ਦੀ ਕੀਮਤ ਹੈ ਅਤੇ ਉਸਦਾ ਜੀ ਉੱਠਣਾ ਸਾਡੇ ਲਈ ਮੁੜ ਬਹਾਲੀ ਹੈ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗਤੀ ਜਥਿਆਂ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। ਪਾਕ ਪਾਕ ਪਾਕ, ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉੱਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਂ ਉੱਤੇ ਆਉਂਦਾ ਹੈ। ਉੱਚਾਈਆਂ ਵਿੱਚ ਹੋਸਨਾ। ਐ ਪ੍ਰਭੂ, ਤੂੰ ਸੱਚਮੁੱਚ ਪਾਕ ਹੈ ਤੇ ਸਭ ਪਵਿੱਤਰਤਾ ਦਾ ਸੋਮਾ ਹੈ। ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ, ਉਸੇ ਤਰ੍ਹਾਂ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਿਆਂ ਲਈ ਸੌਂਪਦੇ ਹੋਏ ਰੋਟੀ ਲਈ ਤੇਰਾ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ। ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਦੇ ਬਾਅਦ ਉਸਨੇ ਪਿਆਲਾ ਲਿਆ, ਤੇਰਾ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ। ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜਿਹੜਾ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫ਼ੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਇਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਐ ਪ੍ਰਭੂ, ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਸਦੇ ਜੀ ਉੱਠਣ ਦੀ ਯਾਦਗਿਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਭੱਜੇ ਰਹੀਏ। ਐ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆਂ ਨੂੰ ਯਾਦ ਕਰ ਅਤੇ ਉਸਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਡਾਇਸਿਸ ਦੇ ਰਸੂਲੀ ਸੰਚਾਲਕ ਬਿਸ਼ਪ ਇਗਨੇਲੋ ਅਤੇ ਸਾਰੇ ਪ੍ਰੋਹਿਤਾਂ ਨਾਲ ਪਿਆਰ ਦੀ ਸੰਪੂਰਨਤਾ 'ਚ ਕਾਇਮ ਰੱਖ। ਸਾਡੇ ਭੈਣਾਂ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੋ ਗਏ ਹਨ, ਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ।
ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ, ਤਾਂ ਜੋ ਤਨ ਇੱਕ ਵਾਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਵਾਰੀ ਦੇ ਮੁਬਾਰਕ ਵਾਰ ਸੰਤ ਯੂਸਫ ਦੇ ਨਾਲ, ਤਨ ਰਸੂਲਾਂ ਅਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀਵੀ ਜੀਵਨ ਦੇ ਵਾਰਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸਦੇ ਰਾਹੀਂ, ਉਸਦੇ ਨਾਲ ਅਤੇ ਉਸਦੇ ਵਿੱਚ, ਐ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕਰ, ਆਮੀਨ। ਅਸੀਂ ਸਾਰੇ ਮਿਲ ਕੇ ਦੁਆ ਕਰੀਏ ਜਿੱਦਾਂ ਸਾਡੇ ਪ੍ਰਭੂ ਯਸੂ ਮਸੀਹ ਨੇ ਸਾਨੂੰ ਸਿਖਾਇਆ ਹੈ। ਐ ਸਾਡੇ ਬਾਪ, ਜਿਹੜਾ ਤੂੰ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਬਣਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ, ਜ਼ਮੀਨ ਉੱਤੇ ਵੀ ਹੋਵੇ। ਸਾਡੇ ਰੋਜ਼ ਰੋਟੀ ਹੈ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ਼ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ਼ ਕਰਦੇ ਹਾਂ, ਸਾਨੂੰ ਅਜਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਐ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ, ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਸੂ ਮਸੀਹ ਸਾਡੇ ਮੁਕਤੀਦਾਤਾ ਦੇ ਆਉਣ ਦੀ ਉਡੀਕ ਕਰਦੇ ਹਾਂ, ਕਿਉਂ ਜੋ ਰਾਜ, ਕੁਦਰਤ ਅਤੇ ਜਲਾਲ ਯੁਗ ਯੁਗ ਤੇਰਾ ਹੀ ਹੈ। ਐ ਪ੍ਰਭੂ ਯਸੂ ਮਸੀਹਾ, ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ, ਸਗੋਂ ਆਪਣੀ ਕਲੀਸਿਆ ਦੇ ਇਮਾਨ ਨੂੰ ਵੇਖ ਅਤੇ ਉਸਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਅਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕਰ, ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। ਅਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਅਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਅਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੇਲਾ, ਇਸ ਨੂੰ ਵੇਖੋ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈ ਜਾਂਦਾ ਹੈ, ਤਾਂ ਨਾ ਅਸੀਂ ਜਿਹੜੇ ਉਸਦੇ ਭੋਜਨ ਦੇ ਲਈ ਸੱਦੇ ਗਏ ਹਾਂ। ਐ ਪ੍ਰਭੂ, ਮੈਂ ਸਿਯੋਗਤਾ ਨਹੀਂ ਹਾਂ ਕਿ ਤੂੰ ਮੇਰੀ ਛੱਤ ਲਿਆਵੇਂ, ਪਰ ਕਿ ਸ਼ਬਦ ਆ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ।
ਕਰ ਦਿੰਦਾ ਏ ਯਿਸੂ ਦੀ ਪਾਕੀਜ਼ਗੀ ਦਿਲਾਂ ਚ ਭਰ ਦਿੰਦਾ ਏ ਦਾਗ ਦੱਬੇ ਪਾਪਾਂ ਦੇ ਉਹ ਸਾਫ ਕਰ ਦਿੰਦਾ ਏ ਯਿਸੂ ਦੀ ਪਾਕੀਜ਼ਗੀ ਦਿਲਾਂ ਚ ਭਰ ਦਿੰਦਾ ਏ ਦਿਲਾਂ ਚ ਭਰ ਦਿੰਦਾ ਏ ਸ਼ੈਤਾਨ ਦੇ ਹਮਲੇ ਨਾ ਕਾਮ ਕਰ ਦਿੰਦਾ ਏ ਸ਼ੈਤਾਨ ਦੇ ਹਮਲੇ ਨਾ ਕਾਮ ਕਰ ਦਿੰਦਾ ਏ ਹੋ ਕੇ ਜਿੰਦ ਨੂੰ ਬਾਮਿਸਾਲ ਕਰ ਦਿੰਦਾ ਏ ਮਿਸਾਲ ਕਰ ਦਿੰਦਾ ਏ ਉਹ ਯਿਸੂ ਦਾ ਲਹੂ ਕਮਾਲ ਕਰ ਦਿੰਦਾ ਏ ਅਸੀਂ ਪ੍ਰਾਰਥਨਾ ਕਰੀਏ ਐ ਪ੍ਰਭੂ ਅਸੀਂ ਬੇਨਤੀ ਕਰਦੇ ਹਾਂ ਕਿ ਆਪਣੇ ਲੋਕਾਂ ਉੱਤੇ ਮਿਹਰ ਕਰਕੇ ਉਹਨਾਂ ਨੂੰ ਆਪਣੀ ਹਜ਼ੂਰੀ ਦੀ ਬਰਕਤ ਦੇ ਜਿਨ੍ਹਾਂ ਨੂੰ ਤੂੰ ਸਦੀਵੀ ਭੇਦਾਂ ਦਾ ਵਰਦਾਨ ਦਿੱਤਾ ਉਹਨਾਂ ਨੂੰ ਇਨਸਾਨੀ ਕਮਜ਼ੋਰੀ ਦੇ ਰਾਹ ਤੋਂ ਜੀ ਉੱਠੇ ਪ੍ਰਭੂ ਯਿਸੂ ਮਸੀਹ ਵਿੱਚ ਨਵੀਂ ਜ਼ਿੰਦਗੀ ਵਿੱਚ ਦਾਖਲ ਦਾ ਫਜ਼ਲ ਦੇ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ ਆਮੀਨ ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ ਪੂਰੀ ਕੁਦਰਤ ਵਾਲਾ ਖੁਦਾ ਬਾਪ ਬੇਟਾ ਤੇ ਰੂਹ ਪਾਕ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ ਆਮੀਨ ਕੁਰਬਾਨੀ ਚੜਾਈ ਗਈ ਪ੍ਰਭੂ ਦੀ ਸ਼ਾਂਤੀ ਵਿੱਚ ਜਾਓ ਹਾਲੇਲੂਯਾ ਹਾਲੇਲੂਯਾ ਖੁਦਾ ਦਾ ਸ਼ੁਕਰ ਹੋਵੇ ਹਾਲੇਲੂਯਾ ਹਾਲੇਲੂਯਾ ਦੁਆ ਯਾਦ ਕਰ ਐ ਨਹਾਇਤ ਮਿਹਰਬਾਨ ਕੁਆਰੀ ਮਰੀਅਮ ਪਈ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦੇ ਆ ਤੇਰੀ ਮਦਦ ਚਾਹੁੰਦੇ ਆ ਤੇਰੀ ਸਿਫਾਰਿਸ਼ ਮੰਗਦੇ ਆ ਇਹਦੋਂ ਖਾਲੀ ਕਿਆ ਹੋਵੇ ਆਏ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨੱਸ ਕੇ ਆਉਂਦਾ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹ ਹੀ ਰੋਂਦਾ ਹਾਂ ਐਦੀ ਤਾਰੀ ਹੋਈ ਕਲਾਮ ਦੀ ਮਾਂ ਤੂੰ ਮੇਰੇ ਅਰਜ਼ਾਂ ਨੂੰ ਹਕੀ ਨਾ ਜਾਣ ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ ਆਮੀਨ ਸ਼ਾਂਤੀ ਦੀ ਰਾਣੀ ਮਾਂ ਮਰੀਅਮ ਸਾਡੇ ਲਈ ਦੁਆ ਕਰ ਸ਼ੁੱਧ ਹੋ ਜਾਂਦੇ ਨੇ ਚੁੱਕ ਲੈਂਦਾ ਗੋਸ਼ਤ ਕੋੜੀ ਸ਼ੁੱਧ ਹੋ ਜਾਂਦੇ ਨੇ ਆਜ਼ਾਦ ਹੋ ਜਾਂਦੇ ਨੇ ਯਿਸੂ ਦਾ ਨਾਮ ਜੋ ਲੈਂਦੇ ਨੇ ਕੋੜੀ ਸ਼ੁੱਧ ਹੋ ਜਾਂਦੇ ਨੇ ਚੁੱਕ ਲੈਂਦਾ ਭੋਸ ਤੇ ਕੋੜੀ ਸ਼ੁੱਧ ਹੋ ਜਾਂਦੇ ਨੇ ਆਜ਼ਾਦ ਹੋ ਜਾਂਦੇ ਨੇ ਯਿਸੂ ਦਾ ਨਾਮ ਜੋ ਲੈਂਦੇ ਨੇ ਆਜ਼ਾਦ ਹੋ ਜਾਂਦੇ ਨੇ ਯਿਸੂ
ਹੋ ਜਾਂਦੇ ਨੇ, ਉਹ ਆਜ਼ਾਦ ਹੋ ਜਾਂਦੇ ਨੇ।